तस्वीरां फिरोजपुर दीआं हन जिथों दे इक कॉफी शॉप दे विच अज भयानक अग लग गई, जिस तों बाद फायर ब्रिगेड दीआं तीन गड्डियां वल्लों इत्थे आ के अग नूं बुझाया गया। नगर कौंसल दे प्रधान रोहित कुमार दे वल्लों जानकारी दित्ते जाण तों बाद फायर ब्रिगेड दीआं गड्डियां उत्थे पहुंचीआं ते वड्डा नुकसान होण तों बच गया। ਜੀ ਕਿਵੇਂ ਅੱਗ ਲੱਗੀ ਔਰ ਕੀ ਕਾਰਨ ਬਣਿਆ ਹੁਣ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਬੂ ਪਾ ਲਿਆ? ਬਾਗੀ ਰੋਡ ਤੇ ਇੱਕ ਆਪਣਾ ਬਾਗੀ ਰੋਡ ਤੇ ਇੱਕ ਕੈਫੇ ਹੈ ਐਕਸਪ੍ਰੈਸ ਨਾਂ ਦੇ, ਤੇ ਅਸੀਂ ਰਸਤੇ ਤੇ ਕਿਸੇ ਕੰਮ ਤੇ ਜਾ ਰਹੇ ਸੀ, ਫੋਨ ਆਇਆ ਵੀ ਉੱਥੇ ਅੱਗ ਲੱਗ ਗਈ ਹੈ ਤੇ ਗੱਡੀਆਂ ਵੀ ਮੌਕੇ ਤੇ ਪਹੁੰਚ ਗਈਆਂ, ਮੈਂ ਆਪ ਵੀ ਮੌਕੇ ਤੇ ਪਹੁੰਚਿਆ ਤੇ ਇੱਥੇ ਆ ਕੇ ਪਤਾ ਲੱਗਿਆ ਵੀ ਵੈਲਡਿੰਗ ਦਾ ਕੰਮ ਚੱਲ ਰਿਹਾ ਹੈ, ਜਿਹਦੇ ਕਰਕੇ ਇੱਥੇ ਅੱਗ ਭੜਕ ਗਈ ਹੈ। ਪਰ ਇਹ ਆ ਵੀ ਟਾਈਮ ਤੇ ਸਾਡੇ ਜਿਹੜੇ ਫਾਇਰ ਕਰਮਚਾਰੀ ਹੈ ਤੇ ਗੱਡੀਆਂ ਆ ਗਈਆਂ ਤੇ ਉਹਨਾਂ ਨੇ 10-10 ਵਜੇ ਅੱਗ ਬੁਝਾ ਦਿੱਤੀ ਹੈ ਤੇ ਹੁਣ ਸਥਿਤੀ ਕੰਟਰੋਲ ਦੇ ਵਿੱਚ। ਪ੍ਰਧਾਨ ਜੀ, ਜੇ ਅਗਲੀ ਗੱਲ ਕਰੀਏ ਤੇ ਕਿ ਪੰਜਾਬ ਜੇ ਫਿਰੋਜ਼ਪੁਰ ਦੇ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੂਰੀਆਂ ਨੇ, ਮੁਕੰਮਲ ਨੇ, ਜੇ ਅਨਸੁਭਾਵਾਂ ਕੋਈ ਘਟਨਾ ਘਟਦੀ ਹੈ ਤੇ ਇੰਤਜ਼ਾਮ ਪੂਰੇ ਕੀਤੇ? ਹਾਂ, ਸਾਡੇ ਕੋਲ ਪੂਰੇ ਇੰਤਜ਼ਾਮ ਹੈ, ਪੂਰਾ ਸਟਾਫ ਹੈ, ਡਰਾਈਵਰ ਨੇ, ਜੋ ਵੀ ਸਾਡੇ ਵਿੱਚ ਇਹਦੇ ਵਿੱਚ ਜੋ ਵੀ ਰਿਕੁਆਇਰਮੈਂਟ ਚਾਹੀਦੀ ਹੈ ਸਾਨੂੰ ਸਾਰੀਆਂ ਗੱਡੀਆਂ ਸਾਡੇ ਕੋਲ ਹਰ ਵੇਲੇ ਮੌਜੂਦ ਹੈ। ਫਿਰੋਜ਼ਪੁਰ ਤੋਂ ਬੌਬੀ ਖੁਰਾਨਾ ਦੀ ਰਿਪੋਰਟ, ਪੰਜਾਬ ਟੂਡੇ।